ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਵਰਮਾ, ਵੈਨਿਊਰ ਇੰਗਲਿਸ਼ ਐਂਡ ਕੰਸਲਟੈਂਸੀ ਜਗਰਾਉਂ ਤੋਂ। ਅੱਜ ਸਾਡੇ ਨਾਲ ਹੈਗੇ ਜੀ ਗੁਰਪ੍ਰੀਤ ਜੀ ਨਾਭੇ ਤੋਂ। ਉਹ ਆਏ ਸੀ ਸਾਡੇ ਕੋਲ ਕੌਂਸਲਿੰਗ ਵਾਸਤੇ ਆਸਟ੍ਰੇਲੀਆ, ਕੈਨੇਡਾ ਜਾਂ ਯੂਰਪ ਦੇ ਵਿੱਚ। ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਵੈਨਿਊਰ ਇੰਗਲਿਸ਼ ਦੇ ਨਾਲ ਕਿੱਦਾਂ ਦਾ ਰਿਹਾ। ਗੁਰਪ੍ਰੀਤ ਜੀ, ਕਾਈਂਡਲੀ ਸ਼ੇਅਰ ਯੂਰ ਐਕਸਪੀਰੀਅੰਸ। ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਪ੍ਰੀਤ ਸਿੰਘ ਅਤੇ ਮੈਂ ਨਾਭਾ ਸਿਟੀ ਤੋਂ ਆਇਆ। ਮੈਂ ਆਪਣੀ ਐਲਸ ਕਰਕੇ ਉਸ ਤੋਂ ਬਾਅਦ ਬਾਹਰ ਜਾਣ ਵਿਦੇਸ਼ ਜਾਣ ਲਈ ਚਾਹਵਾਨ ਸੀਗਾ, ਅਤੇ ਮੈਂ ਕਾਫੀ ਕੰਸਲਟੈਂਟਸ ਤੋਂ ਚੰਡੀਗੜ੍ਹ, ਮੋਹਾਲੀ, ਪਟਿਆਲਾ ਤੋਂ ਐਡਵਾਈਸ ਲਈ ਆਪਣੀ ਕਾਉਂਸਲਿੰਗ ਕਰਵਾਈ। ਬਟ ਉਹਨਾਂ ਨੇ ਜਦੋਂ ਕਿ ਉਹਨਾਂ ਕੁਛ ਤਰ੍ਹਾਂ ਦੇ ਕੰਸਲਟੈਂਟ ਸੀ ਜਿਨ੍ਹਾਂ ਨੇ ਮੈਨੂੰ ਮਿਸਗਾਈਡ ਕੀਤਾ, ਜਦੋਂ ਕਿ ਮੇਰੀ ਫਾਈਲ ਅਲੀਜੀਬਿਲਟੀ ਨਹੀਂ ਸੀ ਕੈਨੇਡਾ ਆਸਟ੍ਰੇਲੀਆ ਦੀ, ਅਤੇ ਬਟ ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਮਿਸਗਾਈਡ ਕੀਤਾ। ਬਟ ਮੈਂ ਜਦੋਂ ਯੂਟਿਊਬ ਵਗੈਰਾ 'ਤੇ, ਗੂਗਲ 'ਤੇ ਆਪਣਾ ਚੈੱਕ ਕੀਤਾ ਤਾਂ ਮੇਰੀ ਅਲੀਜੀਬਿਲਟੀ ਨਹੀਂ ਬਣ ਰਹੀ ਸੀ ਉਸ ਦੇ ਰਿਗਾਰਡਿੰਗ, ਅਤੇ ਮੈਨੂੰ ਸਰ ਦੀ ਕਾਲ ਆਈ ਅਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਗੱਲਬਾਤ ਕੀਤੀ ਓਪਨਲੀ ਬਿਲਕੁਲ, ਅਤੇ ਮੈਂ ਅੱਜ ਇਹਨਾਂ ਕੋਲ ਵਿਜ਼ਿਟ ਕੀਤਾ ਆਪਣੇ ਡਾਕੂਮੈਂਟਸ ਲੈ ਕੇ, ਅਤੇ ਇਹਨਾਂ ਨੇ ਮੈਨੂੰ ਸਹੀ ਸਲਾਹ ਦਿੱਤੀ ਕਿ ਤੁਸੀਂ ਡੈਨਮਾਰਕ ਲਈ ਅਲੀਜੀਬਲ ਹੋ, ਤੁਹਾਡੀ ਪ੍ਰੋਫਾਈਲ ਬਿਲਕੁਲ ਠੀਕ ਹੈ। ਅਤੇ ਜਦੋਂ ਗੱਲਬਾਤ ਕਰਕੇ, ਨੋ ਆਈ ਐਮ ਵੈਰੀ ਸੈਟਿਸਫਾਈਡ ਫਰੋਮ ਹਿਮ ਐਂਡ ਆਈ ਵਾਂਟ ਟੂ ਟੇਕ ਮਾਈ ਕੇਸ ਐਂਡ ਗੋ ਟੂ ਡੈਨਮਾਰਕ ਐਂਡ। ਅਤੇ ਮੈਨੂੰ ਬਹੁਤ ਵਧੀਆ ਲੱਗੇ, ਇੱਕ ਗੱਲ ਮੈਂ ਉੱਪਰ ਕਹਿਣਾ ਚਾਹੁੰਦਾ ਕਿ ਕਾਫੀ ਕੰਸਲਟੈਂਟਸ ਨਾਲ ਮੈਂ ਮਿਲਿਆ, ਅਤੇ ਜਦਕਿ ਉਹਨਾਂ ਦੇ ਕੰਸਲਟੈਂਟਸ ਖੁਦ ਨਹੀਂ ਮੈਨੂੰ ਮਿਲੇ ਸੀਗੇ, ਅਤੇ ਉਹ ਆਪਣੇ ਕਾਊਂਸਲਰ ਵਗੈਰਾ ਨਾਲ ਮੇਰੀ ਮੀਟਿੰਗ ਕਰਵਾ ਦਿੰਦੇ ਸੀ। ਬਟ ਸਰ ਨੇ ਮੈਨੂੰ ਆਪਣਾ ਟਾਈਮ ਦਿੱਤਾ ਐਂਡ ਮੈਨੂੰ ਸਹੀ ਐਡਵਾਈਸ ਦਿੱਤੀ, ਅਤੇ ਮੈਂ ਉਹਨਾਂ ਥੈਂਕਸ ਕਰਨਾ ਚਾਹੁੰਦਾ ਜੀ। ਥੈਂਕ ਯੂ ਸੋ ਮਚ, ਥੈਂਕਸ ਅ ਲੋਟ, ਥੈਂਕਸ ਗੁਰਪ੍ਰੀਤ। ਸੋ ਸਾਰੇ ਸਟੂਡੈਂਟਸ, ਉਹਨਾਂ ਦੇ ਪੇਰੈਂਟਸ ਜਿਹੜੇ ਵੀ ਬਾਹਰ ਜਾਣ ਦੇ ਚਾਹਵਾਨ ਨੇ, ਹੁਣ ਜਿਵੇਂ ਗੁਰਪ੍ਰੀਤ ਜੀ ਦੀ ਫਾਈਲ ਦੇ ਵਿੱਚ ਆਲਮੋਸਟ 12-13 ਸਾਲ ਦਾ ਗੈਪ ਹੈਗਾ, ਇੱਦਾਂ ਦੀਆਂ ਪ੍ਰੋਫਾਈਲਸ ਆਸਟ੍ਰੇਲੀਆ, ਕੈਨੇਡਾ ਜਾਂ ਯੂਕੇ ਦੇ ਵਿੱਚ, ਆਸਟ੍ਰੇਲੀਆ ਤਾਂ ਬਿਲਕੁਲ ਹੀ ਨਹੀਂ ਲੈਂਦਾ, ਕੈਨੇਡਾ ਬਹੁਤ ਰਿਸਕੀ ਹੋ ਜਾਂਦਾ ਹੈਗਾ, ਯੂਕੇ ਦੇ ਵਿੱਚ ਵੀ ਸਟਿਲ ਇਟਸ ਡਾਈਸੀ। ਇੱਦਾਂ ਦੀਆਂ ਪ੍ਰੋਫਾਈਲਸ ਨੂੰ ਕੀ ਹੁੰਦਾ, ਕਈ ਕੰਸਲਟੈਂਟਸ ਸਿਰਫ ਪੈਸਾ ਬੁਲਾਉਣ ਦੇ ਚੱਕਰ ਦੇ ਵਿੱਚ ਲੈ ਲੈਂਦੇ ਹੈ, ਪੇਡ ਸਰਟੀਫਿਕੇਟਸ ਲਗਾਉਂਦੇ ਹੈ ਆਪਦੇ ਬੈਨੀਫਿਟ ਲਈ, ਅਲਟੀਮੇਟਲੀ ਸਟੂਡੈਂਟ ਦਾ ਰਿਫਿਊਜ਼ਲ ਆ ਜਾਂਦਾ, ਕੇਸ ਹੋਰ ਕੰਪਲੀਕੇਟਡ ਹੋ ਜਾਂਦਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਰਿਐਲਿਟੀ ਹੈ ਉਸਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਜਾਵੇ, ਕਿਉਂਕਿ ਤੁਹਾਡੀ ਫਾਈਲ ਹੀ ਅਲਟੀਮੇਟਲੀ ਸਾਡੀ ਫਾਈਲ ਹੀ ਹੁੰਦੀ ਹੈ। ਸੋ ਇਹਨਾਂ ਦੀ ਜਿਹੜੀ ਫਾਈਲ ਦਾ ਪਰਫੈਕਟ ਫਿੱਟ ਸੀਗਾ ਡੈਨਮਾਰਕ, ਜਿੱਥੇ ਆਪਣੀ ਫੈਮਿਲੀ ਦੇ ਨਾਲ ਮਾਈਗ੍ਰੇਟ ਕਰ ਸਕਦੇ ਹੈ। ਸੋ ਜਿਹਦਾ ਵੀ ਗੈਪ ਬਹੁਤ ਜ਼ਿਆਦਾ ਹੈ ਔਰ ਜਿਹੜੇ ਬਾਹਰ ਜਾਣਾ ਚਾਹੁੰਦੇ ਹੈ, ਇੰਸਟੈਡ ਆਫ ਕੈਨੇਡਾ, ਆਸਟ੍ਰੇਲੀਆ, ਯੂਕੇ ਦੀ ਜਗ੍ਹਾ ਤੁਸੀਂ ਡੈਨਮਾਰਕ, ਫਿਨਲੈਂਡ, ਸਵੀਡਨ ਬਾਰੇ ਸੋਚ ਸਕਦੇ ਹੋ, ਉੱਥੇ ਤੁਹਾਡਾ ਬਹੁਤ ਅੱਛਾ ਭਵਿੱਖ ਹੈ। ਥੋੜ੍ਹੇ ਜਿਹੇ ਬਜਟ ਦੇ ਵਿੱਚ ਅਗਰ ਤੁਹਾਡੇ ਮਲਟੀਪਲ ਰਿਫਿਊਜ਼ਲ ਹੈ, ਸਟਿਲ ਵੀ ਕੈਨ ਅਪਲਾਈ ਫੋਰ ਡੈਨਮਾਰਕ। ਡੈਨਮਾਰਕ ਦੇ ਵਿੱਚ ਸਾਡੇ ਕੋਲ ਯੂਨੀਵਰਸਿਟੀ ਐਂਡ ਕਾਲਜਿਸ ਜਿਹੜੇ ਹੈਗੇ ਆ, ਡਾਇਰੈਕਟ ਆਈਐਫਸ ਨੇ, ਐਂਡ ਯੂ ਕੈਨ ਵਿਜ਼ਿਟ ਅਸ ਐਟ ਵੈਨਿਊਰ ਇੰਗਲਿਸ਼, ਰਾਏਕੋਟ ਰੋਡ, ਜਗਰਾਓਂ, ਔਰ ਕਾਲ ਅਸ ਐਟ 7973160270। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।